ਵਧੀਆ ਹੈ ਤੁਸੀਂ ਦੇਖਿਆ ਹੋਣਾ ਟਵਿੱਟਰ ਤੇ ਵਾਹਿਗੁਰੂ ਦੀ ਮਿਹਰ ਹੈ ਡਾਕਟਰ ਹੁੰਦੇ ਨਾਤੇ ਮੈਂ ਕਦੇ ਸਮਝਿਆ ਹੀ ਨਹੀਂ ਕਿ ਮੈਂ ਬਿਮਾਰ ਹਾਂ ਅਤੇ ਨਾ ਮੈਂ ਸੀਗੀ ਨਾ ਮੈਂ ਅੱਜ ਬਿਮਾਰ ਹਾਂ ਇਹਨਾਂ ਜਿਹੜੇ ਵਰਲਡ ਕੈਂਸਰ ਕੇਅਰ ਦੇ ਹੈੱਡਸ ਹੈ ਜਦੋਂ ਮੈਂ ਸੀ ਪੀ ਐੱਸ ਹੈਲਥ ਸੀ ਇਹ ਮੇਰੇ ਨਾਲ ਜੁੜੇ ਸੀਗੇ ਵਰਲਡ ਉਹਨਾਂ ਦੇ ਮੈਂ ਬਹੁਤ ਸਾਰੇ ਕੈਂਪਸ ਲਵਾਏ ਹੁਣ ਇਹਨਾਂ ਨੇ ਮੈਨੂੰ ਆਲ ਇੰਡੀਆ ਦਾ ਹੈੱਡ ਬਣਾਇਆ ਕੈਂਸਰ ਕੇਅਰ ਦਾ ਹਜੇ ਮੇਰੀ ਬਿਮਾਰੀ ਕਾਰਨ ਮੈਂ ਉਹਨਾਂ ਨੂੰ ਕਿਹਾ ਮੈਂ ਆਲ ਇੰਡੀਆ ਨਹੀਂ ਟਰੈਵਲ ਕਰਨਾ ਤੁਸੀਂ ਮੈਨੂੰ ਬ੍ਰਾਂਡ ਐਂਬੈਸਡਰ ਬਣਾ ਦਿਉ ਅਤੇ ਮੈਂ ਹਜੇ ਪਟਿਆਲਾ ਨੂੰ ਐਜ਼ ਅ ਪਾਇਲਟ ਪ੍ਰੋਜੈਕਟ ਲੈ ਕੇ ਇੱਥੇ 18 ਕੈਂਪ ਲਾਉਣੇ ਆ ਹਰ ਹਲਕੇ 'ਚ 9 ਕੰਸਟੀਚੁਐਂਸੀਜ਼ ਹੈ ਪਟਿਆਲੇ ਦੀਆਂ ਮੈਂ ਕਿਹਾ ਇੱਥੇ ਮੇਰਾ ਕੰਮ ਦੇਖ ਲਿਓ ਫਿਰ ਇਸ ਕੰਮ ਨੂੰ ਅਸੀਂ ਹੌਲੀ ਹੌਲੀ ਪੂਰੇ ਪੰਜਾਬ 'ਚ ਫੈਲਾ ਦੇਵਾਂਗੇ ਇਹ ਬਹੁਤ ਵੱਡੀ ਇਹਨਾਂ ਦੀ ਇੰਸਟੀਚਿਊਟ ਹੈ ਇਹਦੇ 'ਚ ਜਿਵੇਂ ਕਿਸਾਨਾਂ ਦਾ ਉੱਥੇ ਮੇਲਾ ਉਹ ਲੱਗਿਆ ਸੀ ਧਰਨਾ ਲੱਗਿਆ ਸੀ ਅਸੀਂ 1 ਕਰੋੜ ਧੋਤੇ ਦੀਆਂ ਦਵਾਈਆਂ ਭੇਜੀਆਂ ਮੈਂ ਪਿੱਛੇ ਰਹੀ ਪਰ ਹੁਣ ਮੈਂ ਅੱਗੇ ਹੋ ਕੇ ਕੈਂਸਰ ਕੇਅਰ ਦੇ ਕੈਂਪਸ ਲਾਉਂਦੀ ਹਾਂ ਸਾਡੀਆਂ ਬੱਸਾਂ ਆਉਣਗੀਆਂ ਉਹਦੇ ਵਿੱਚ ਇਹ ਕੋਈ ਪੋਲੀਟੀਕਲੀ ਇਹਦੇ 'ਚ ਕੋਈ ਪੋਲੀਟੀਕਲ ਕਿਸੇ ਦਾ ਉਹ ਨਹੀਂ ਹੈ ਇਹਦੇ 'ਚ ਸਿਰਫ ਅਸੀਂ ਮਰੀਜ਼ ਕਵਰ ਕਰਨੇ ਆ ਦੇਖੋ ਲੀਡਰ ਕੌਣ ਹੁੰਦਾ ਲੀਡਰ ਉਹ ਹੁੰਦਾ ਜਿਹੜਾ ਲੋਕਾਂ ਦੀ ਸੇਵਾ ਕਰੇ ਐਂਡ ਇਹੀ ਮੈਸੇਜ ਮੈਂ ਦੇਣਾ ਚਾਹ ਰਹੀ ਹਾਂ ਸਾਡੇ ਆਪਣੇ ਹਰ ਵਰਕਰ ਨੂੰ ਵੀ ਜਿੰਨਾ ਆਪਾਂ ਮਿਹਨਤ ਕਰਾਂਗੇ ਜਿੰਨੀ ਲੋਕਾਂ ਦੀ ਸੇਵਾ ਕਰਾਂਗੇ ਲੋਕਾਂ ਦੇ ਨਾਲ ਵਿੱਚ ਵਿਚਰਾਂਗੇ ਇਹ ਅੱਜ ਸੇਵਾ ਦਾ ਮੌਕਾ ਪਰਮਾਤਮਾ ਨੇ ਆਪਾਂ ਨੂੰ ਦਿੱਤਾ ਹੈ ਮੈਂ ਚਾਹੁੰਦੀ ਹਾਂ ਕਿ ਮੈਕਸੀਮਮ ਲੋਕਾਂ ਨੂੰ ਮੋਬਿਲਾਈਜ਼ ਕਰਕੇ ਪਹਿਲਾ ਕੈਂਪ ਸਾਡਾ 16 ਅਕਤੂਬਰ ਨੂੰ ਪਟਿਆਲਾ ਡਿਸਟ੍ਰਿਕਟ 'ਚ ਲੱਗ ਰਿਹਾ ਸੋ ਮੋਸਟ ਪ੍ਰੋਬਬਲੀ ਅਸੀਂ ਇੱਥੇ ਰਾਮਲੀਲਾ ਗਰਾਊਂਡ ਜਿਹੜਾ ਹੈਗਾ ਵੱਡਾ ਅਸੀਂ ਗਰਾਊਂਡ ਉੱਥੇ ਫਾਈਨਲ ਕੀਤਾ ਵੀ ਉੱਥੇ ਕਰਾਂਗੇ ਸਾਡਾ ਫਰਜ਼ ਕੀ ਹੈ ਵੀ ਅਸੀਂ ਮੈਕਸੀਮਮ ਪੇਸ਼ੈਂਟਸ ਨੂੰ ਉੱਥੇ ਲੈ ਕੇ ਆਈਏ ਕਿਉਂ ਕਿਉਂਕਿ ਉੱਥੇ ਏਸੀ ਬੱਸਾਂ ਨੇ ਉਹਦੇ ਵਿੱਚ ਮੈਮੋਗ੍ਰਾਫੀ ਬਾਹਰ 15,000 ਦੀ ਹੁੰਦੀ ਹੈ ਅਸੀਂ ਮੁਫਤ ਕਰਨੀ ਹੈ ਅਸੀਂ ਅਲਟਰਾਸਾਊਂਡ ਮੁਫਤ ਕਰਨੇ ਹੈ ਪ੍ਰੋਸਟ੍ਰੇਟ ਦੇ ਟੈਸਟ ਮੁਫਤ ਕਰਨੇ ਹੈ ਸਰਵਾਈਕਲ ਕੈਂਸਰ ਦੇ ਟੈਸਟ ਮੁਫਤ ਕਰਨੇ ਹੈ ਉਸ ਤੋਂ ਬਾਅਦ ਉਹਨਾਂ ਦੀ ਅੱਗੇ ਸਰਜਰੀਆਂ ਲਈ ਗਾਈਡ ਕਰਾਂਗੇ ਜਿੰਨੀਆਂ ਬਿਮਾਰੀਆਂ ਨੇ ਜਿੰਨੇ ਟੈਸਟ ਨੇ ਫਰੀ ਆਫ ਕੋਸਟ ਉੱਥੇ ਦਵਾਈ ਮਿਲੂਗੀ ਇਸ ਤੋਂ ਵੱਡੀ ਸੇਵਾ ਕੀ ਹੋ ਸਕਦੀ ਹੈ ਸੋ ਅਸੀਂ ਹਜੇ ਸੇਵਾ ਦੇ ਮਕਸਦ ਨਾਲ ਪਟਿਆਲੇ 'ਚ 18 ਕੈਂਪਾਂ 'ਚੋਂ ਸਭ ਤੋਂ ਪਹਿਲਾ ਕੈਂਪ 16 ਨੂੰ ਲਾ ਰਹੇ ਹਾਂ ਇਹ ਸਾਰੇ ਬੰਦੇ ਸਿਪਮਮ ਲੋਕਾਂ ਨੂੰ ਇਹਦਾ ਫਾਇਦਾ ਦੇਵਾਂਗੇ ਇਸ ਦੇ ਬਦਲੇ ਅਸੀਂ ਉਹਨਾਂ ਤੋਂ ਕੁਛ ਨਹੀਂ ਮੰਗ ਰਹੇ ਵਰਕਰ ਦਾ ਕਹਿ ਰਹੇ ਨੇ ਤੁਸੀਂ ਰਾਜਨੀਤਿਕ ਤੌਰ ਤੇ ਵੀ ਆਓ ਹੁਣ ਅੱਗੇ ਦੇਖੋ ਉਹ ਬਾਅਦ ਦੀ ਗੱਲ ਹੈ ਹਜੇ ਅਸੀਂ ਸੇਵਾ ਦੇ ਉਸ ਨਾਲ ਆਏ ਹਾਂ ਜਦੋਂ ਤੁਸੀਂ ਲੋਕਾਂ ਦੀ ਸੇਵਾ ਕਰੋ ਮੈਂ ਐਜ਼ ਅ ਡਾਕਟਰ ਆਪਣੇ ਹਸਪਤਾਲ ਮਰੀਜ਼ ਦੇਖ ਰਹੀ ਸੀ ਜਦੋਂ ਮੈਨੂੰ MLA ਦੀ ਟਿਕਟ ਮੈਨੂੰ ਆ ਕੇ ਅਨਾਊਂਸ ਕੀਤੀ ਤੇ ਮੈਂ ਰੋਣ ਲੱਗ ਗਈ ਮੈਂ ਕਿਹਾ ਮੈਂ ਡਾਕਟਰੀ ਛੱਡਣੀ ਨਹੀਂ ਮੈਂ ਪੋਲੀਟਿਕਸ ਤੋਂ ਕੀ ਲੱਡੂ ਲੈਣੇ ਆ ਉਹ ਕਹਿੰਦੇ ਜੀ ਅੰਮ੍ਰਿਤਸਰ ਈਸਟ ਦੇ ਬੰਦੇ ਕਹਿੰਦੇ ਐ ਮੈਡਮ ਸਿੱਧੂ ਨੂੰ MLA ਲੜਾਓ ਸੋ ਇਹ ਜੇ ਲੀਡਰ ਬਣੋ ਜਿਹੜੇ ਲੋਕਾਂ ਦੀ ਬੇਟਾ ਲੋਕਾਂ ਦੀ ਆਵਾਜ਼ 'ਚ ਪਰਮਾਤਮਾ ਦੀ ਆਵਾਜ਼ ਹੈ ਜੇ ਲੋਕਾਂ ਦੀ ਆਵਾਜ਼ ਉੱਤੇ ਤੱਕ ਪਹੁੰਚੂਗੀ ਜੋ ਸੇਵਾ ਲਾਣਗੇ ਆਪਾਂ ਕਰਾਂਗੇ ਫਿਲਹਾਲ ਆਪਾਂ ਮੈਂ ਤਾਂ ਬਿਲਕੁਲ ਤਿਆਰ ਹਾਂ ਮੈਂ ਹੁਣ ਆਪਣੀ ਡਾਕਟਰੀ 10 ਲੱਖ ਰੁਪਇਆ ਮਹੀਨਾ ਕਿਉਂ ਛੱਡੀ ਹੈ ਲੋਕਾਂ ਦੀ ਸੇਵਾ ਲਈ ਠੀਕ ਹੈ ਨਾ ਕਾਂਗਰਸ ਦੇ ਮੇਨ ਸਿਪਾਹੀ ਨੇ ਜੀ ਉਹਨਾਂ ਨੂੰ ਖੁੰਜੇ ਲਾਇਆ ਹੋਇਆ ਲਾਲੀ ਜੀ ਦੀ ਇਹ ਗੱਲ ਕਰੀ ਕਈ ਹੋਰ ਕਈ ਕੋਈ ਖੁੰਜੇ ਨਹੀਂ ਰਹਿੰਦਾ ਹਾਂ ਜਿਹੜਾ ਲੀਡਰ ਹੁੰਦਾ ਹੈ ਲੀਡਰ ਉਹ ਹੁੰਦਾ ਜਿਹੜਾ ਸਭ ਨੂੰ ਨਾਲ ਲੈ ਕੇ ਚੱਲੇ ਜੇ ਮੈਂ ਅੰਮ੍ਰਿਤਸਰ ਈਸਟ 50,000 ਤੇ ਜਿੱਤੀ ਤਾਂ ਉਹਦਾ ਇੱਕ ਕਾਰਨ ਸੀਗਾ ਕਿ ਮੈਂ ਹਰ ਬੂਥ ਦੇ ਵਰਕਰ ਦੇ ਘਰ ਬੈਠ ਕੇ ਜਿਹੜੀ ਉਹਨੇ ਗਲੀ ਬਣਾਈ ਹਾਰ ਉਹਦੇ ਗਲੇ 'ਚ ਪਾਇਆ ਜੇ ਤੁਹਾਨੂੰ ਲੀਡਰ ਬਣਨਾ ਆ ਜਾਵੇ ਵਰਕਰ ਨੂੰ ਆਪਣੇ ਟੀਮ ਦੇ ਆਪਣਾ ਸਿਰ ਦਾ ਤਾਜ ਬਣਾਉਣਾ ਆ ਜਾਵੇ ਵਰਕਰ ਦੇ ਨਾਲ ਤੁਸੀਂ ਖੜ੍ਹੇ ਹੋ ਕੋਈ ਵਰਕਰ ਤੁਹਾਨੂੰ ਛੱਡ ਕੇ ਨਹੀਂ ਜਾਂਦਾ ਅੱਜ ਮੈਨੂੰ 50 ਫੋਨ ਅੰਮ੍ਰਿਤਸਰ ਈਸਟ ਤੋਂ ਰੋਜ਼ ਦੇ ਆਉਂਦੇ ਹੈ ਮੈਡਮ ਪੁਲਿਸ ਨੇ ਆ ਕਰਤਾ ਅੱਜ ਵੀ ਉਹ ਰਾਜੀ ਹੈ ਅੱਜ ਸਾਡੀ ਸਰਕਾਰ ਨਹੀਂ ਪਰ ਮੇਰਾ ਕਾਂਗਰਸ ਦਾ ਵਰਕਰ ਅੰਮ੍ਰਿਤਸਰ ਦਾ ਈਸਟ ਦਾ ਪੁੱਛ ਕੇ ਦੇਖੋ ਅੱਜ ਵੀ ਰਾਜਾ ਹੈ ਉਹਨੂੰ ਕੋਈ ਪੁਲਿਸ ਵਾਲਾ ਨਹੀਂ ਫੜ ਸਕਦਾ ਉਹਨੂੰ ਕੋਈ ਕਮਿਸ਼ਨਰ ਮਜਾਲ ਹੈ ਵੀ ਉੱਥੇ ਉਹਦਾ ਛਿੜਕਾਅ ਨਾ ਕਰਨ ਜਾਵੇ ਮੈਨੂੰ ਇਹ ਵੀ ਪਤਾ ਅੱਜ ਇੱਥੇ ਬੈਠੀ ਨੂੰ ਵੀ ਅੰਮ੍ਰਿਤਸਰ ਈਸਟ ਦੇ ਗਲੀ 'ਚ ਡੈਂਗੂ ਲਈ ਛਿੜਕਾਅ ਹੋ ਰਿਹਾ ਕਿੱਥੇ ਕਿੱਥੇ ਹੋ ਰਿਹਾ ਮੈਂ ਕਿਸੇ ਵੀ ਇਨਕੁਆਇਰੀ ਨੂੰ ਕਦੇ ਵੀ ਲਾਈਫ 'ਚ ਬੁਰਾ ਨਹੀਂ ਮੰਨਿਆ ਮੇਰਾ ਦੁਸ਼ਹਿਰੇ ਤੇ ਉਹ ਹੋ ਗਿਆ ਜੀ ਲੱਗ ਗਿਆ ਇੰਸੀਡੈਂਟ ਹੋ ਗਿਆ ਮੈਨੂੰ ਸਭ ਤੋਂ ਪਹਿਲਾਂ ਕਾਲ ਆਈ ਵੀ ਤੂੰ ਪੇਸ਼ ਹੋ ਮੈਂ ਬਿਨਾਂ ਇੱਕ ਬੰਦੇ ਦੇ ਉੱਥੇ ਜਾ ਕੇ ਪੇਸ਼ ਹੋਈ ਤੁਸੀਂ ਆਪਣੀ ਇਨੋਸੈਂਸ ਨੂੰ ਪ੍ਰੂਵ ਕਰੋ ਹਾਂ ਇਹ ਤਰੀਕੇ ਗਲਤ ਹੈ ਕਿਉਂਕਿ ਇਹ ਬੰਦਾ ਦੇਖੋ ਇੱਕ ਤਾਂ ਬੰਦਾ ਹੈ ਵੀ ਉਹਨੇ ਕਸੂਰ ਕੀਤਾ ਇੱਕ ਬੰਦਾ ਵੀ ਉਹਨੇ ਕਸੂਰ ਨਹੀਂ ਕੀਤਾ ਇਹ ਇਹ ਤੁਸੀਂ ਉਦੋਂ ਹੀ ਇਹਦੀ ਸਲਾਹ ਕਰ ਲਓ ਨਾ ਵੀ ਇਹ ਬੰਦਾ ਜੇ ਕਸੂਰਵਾਰ ਇਹਨੂੰ ਪਨਿਸ਼ ਕਰੋ ਅਤੇ ਨਹੀਂ ਕਸੂਰਵਾਰ ਤਾਂ ਉਹਨੂੰ ਪੋਲੀਟੀਕਲੀ ਕਿਉਂ ਉਹਨੂੰ ਬਣਾਉਂਦੇ ਹੋ ਕਿਉਂਕਿ ਕਿੰਨੀਆਂ ਸਰਕਾਰਾਂ ਆਉਂਦੀਆਂ ਕੇਸ ਲਟਕਦਾ ਰਹਿੰਦਾ ਨਵਜੋਤ ਸਿੱਧੂ ਨੇ ਬੰਦੇ ਨੂੰ ਹੱਥ ਨਹੀਂ ਲਾਇਆ ਚਲੋ ਆਹ ਘਲੌੜੀਆ ਕੇਸ ਲੈ ਲਓ ਸ਼ੇਰਾਂ ਵਾਲਾ ਗੇਟ ਹੈ ਇੱਥੇ 400 ਗਵਾਹ ਹੈ 87 'ਚ ਮੇਰਾ ਵਿਆਹ ਹੋਇਆ 87-88 'ਚ ਇਹ ਕੇਸ ਪੈ ਗਿਆ 5 ਮਹੀਨੇ ਦਾ ਮੇਰਾ ਮੁੰਡਾ 6 ਮਹੀਨੇ ਲਈ ਅਸੀਂ ਬਾਹਰ ਚਲੇ ਗਏ 400 ਗਵਾਹ ਹੈ ਵੀ ਮੇਰੇ ਨਵਜੋਤ ਸਿੱਧੂ ਨੇ ਉਹ ਬੰਦੇ ਨੂੰ ਹੱਥ ਨਹੀਂ ਲਾਇਆ ਪੋਲੀਟੀਕਲੀ ਵਿੰਡੇਟਾ ਕਰਕੇ
ਇੰਨੇ ਸਾਲ ਉਹ ਕੇਸ ਚੱਲਿਆ, ਹੁਣ ਉਹ ਮੁੱਕਿਆ ਕਿੱਥੇ? ਉਹਨੂੰ 1 ਸਾਲ ਦੀ ਕੈਦ ਕੱਟਣੀ ਪਈ 323 'ਚ, ਇਹ ਠੀਕ ਹੈ? ਇਹੀ ਮੈਂ ਕਹਿ ਰਹੀ ਹਾਂ ਕਿ ਇਹ ਗਲਤ ਹੈ। ਜਾਂ ਤਾਂ ਕਸੂਰਵਾਰ ਬੰਦਾ ਹੈ ਤਾਂ ਉਹਨੂੰ ਉਦੋਂ ਹੀ ਸਜ਼ਾ ਦੇ ਦਿਓ, ਤੇ ਜੇ ਨਹੀਂ ਤਾਂ ਉਹਦਾ ਜਲੂਸ ਕਿਉਂ ਕੱਟਦੇ ਹੋ? ਮੈਂ ਬਿਲਕੁਲ ਆਪਣੀ ਪਾਰਟੀ ਦੇ ਨਾਲ ਚੱਲਦੀ ਹਾਂ, ਅਸੀਂ ਕਾਂਗਰਸ ਪਾਰਟੀ ਦੇ ਸਿਪਾਹੀ ਹਾਂ, ਸਾਨੂੰ ਸਾਡੇ ਉਤਲੇ ਲੀਡਰ ਜੋ ਹੁਕਮ ਦੇਣਗੇ, ਜੋ ਹਿੰਦੁਸਤਾਨ ਦੇ ਭਲੇ ਲਈ ਹੋਏਗਾ, ਅਸੀਂ ਉਸ ਭਲੇ ਲਈ ਉਹਦੇ ਸਿਪਾਹੀ ਹਾਂ, ਉਸ ਗੱਲ ਨੂੰ ਮੰਨਾਂਗੇ। ਸਾਡੇ 'ਚ ਕੋਈ, ਅਸੀਂ ਐਡੇ ਵੱਡੇ ਨਹੀਂ ਹਾਂ ਵੀ ਉਤਲੇ ਸਿਪਾਹੀ ਸਾਨੂੰ ਕੁਛ ਕਹਿਣ ਅਤੇ ਅਸੀਂ ਉਹਨੂੰ ਫੋਲੋ ਨਾ ਕਰੀਏ, ਨਾ ਅਸੀਂ ਕੋਈ ਗਰੁੱਪ ਬਣਾਈਏ। ਅਸੀਂ ਸਭ ਦੇ ਨਾਲ ਹਾਂ। ਜਿਹੜਾ ਬੰਦਾ ਅੱਜ ਦੀ ਡੇਟ 'ਚ ਕਾਂਗਰਸ ਦੇ ਵਿੱਚ ਹੈ, ਅਸੀਂ ਉਹਦੀ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਅਸੀਂ ਬਾਕੀਆਂ ਵਾਂਗੂ ਕਾਂਗਰਸ ਨੂੰ ਤੋੜਨ ਨਹੀਂ ਆਏ, ਅਸੀਂ ਕਾਂਗਰਸ ਨੂੰ ਜੋੜਨ ਵਾਲਿਆਂ 'ਚੋਂ ਹਾਂ। ਅਸੀਂ ਇੱਕ ਇੱਕ ਵਰਕਰ ਨੂੰ ਕਾਂਗਰਸ ਦੇ ਨੂੰ ਘਰੋਂ ਕੱਢ ਕੇ ਆਪਣੇ ਨਾਲ ਜੋੜ ਕੇ ਚੰਗੇ ਕੰਮਾਂ ਵਾਲੇ ਪਾਸੇ ਲਾਉਣਾ, ਤਾਂ ਕਿ ਲੋਕ ਡਿਮਾਂਡ ਕਰਨ ਅੱਗੇ ਵੀ ਭਾਈ ਅੱਗੇ ਤੋਂ ਕਾਂਗਰਸ ਆਵੇ। ਪਰ ਅਸੀਂ ਪਹਿਲਾਂ ਕੰਮ ਤਾਂ ਕਰੀਏ।